ਦੇਖੋ ਕੁਛ ਲੋਕ ਆਪਣੀ ਗਲਤੀਆਂ 'ਤੇ ਪਰਦਾ ਪਾਉਣ ਵਾਸਤੇ ਦੂਜਿਆਂ ਦੇ ਉੱਤੇ ਛੀਂਟਾਕਸ਼ੀ ਕਰ ਰਹੇ ਆ। 5 ਸਾਲ ਇਹਨਾਂ ਦੀ ਬਣੀ ਸਰਕਾਰ ਨੂੰ ਹੋ ਗਿਆ, ਜਿਹਦੇ ਵਿੱਚ BJP ਦੀ ਸਰਕਾਰ ਬਣ ਗਈ, ਉਹਦੇ ਵਿੱਚ ਅਕਾਲੀ ਭਾਈਵਾਲ ਹੈ। ਕਿਉਂ ਨਹੀਂ ਅੱਜ ਤਾਈਂ ਕਾਰਵਾਈਆਂ ਹੋਈਆਂ ਜਿਹੜੇ ਕੰਮ ਹੋਣੇ ਸੀ? ਇੰਨੇ ਸਾਲਾਂ ਦੇ ਜਿਹੜੇ ਲੋਕਾਂ ਦੇ ਕਾਲਜੇ ਬਲੂੰਦਰੇ ਪਏ ਆ, ਬਣਦੀ ਸਜ਼ਾ ਜਿਹੜੇ ਸੀ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ। ਆਪਣੀ ਜਿਹੜੀ ਕਮੀਆਂ ਇਹਨਾਂ ਨੇ, ਅੱਜ ਤੁਸੀਂ ਗੱਲ ਕਰਦੇ 1984 ਦੀ, ਮੈਂ ਗੱਲ ਕਰਦਾ 2015 ਦੀ। ਜਿਹੜੇ ਅੱਜ ਦੇ ਦਿਨ ਨਿਹੱਥੇ ਸਿੰਘ ਮਾਰੇ ਗਏ, ਜਨਰਲ ਡਾਇਰ ਜਿਹੜੇ ਸੀਗੇ ਉਹ ਕਿੱਥੇ ਤੁਰੇ ਫਿਰਦੇ ਆ? ਲੋਕ ਅੱਜ ਪੁੱਛਦੇ ਆ ਵੀ ਜਨਰਲ ਡਾਇਰ ਹੈ, ਉਹਨਾਂ ਨੂੰ ਕਦੋਂ ਉਹਨਾਂ ਨੂੰ ਸਜ਼ਾ ਮਿਲੂਗੀ, ਉਹਨਾਂ ਨੂੰ ਫੜ ਕੇ ਅੰਦਰ ਕਰੋ। ਕੈਪਟਨ ਸਾਹਿਬ ਨੇ ਕੱਲ੍ਹ ਬੜਾ ਸਪਸ਼ਟ ਸ਼ਬਦਾਂ 'ਚ ਕਿਹਾ, ਨਾ ਜਨਰਲ ਡਾਇਰ ਜਿਹੜੇ ਅੱਜ ਦੇ ਜ਼ਮਾਨੇ ਦੇ ਬਖਸ਼ੇ ਜਾਣੇ ਹੈ, ਨਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੈ ਉਹ ਬਖਸ਼ੇ ਜਾਣੇ ਹੈ। ਉਹ ਸਾਰੇ ਦੇ ਸਾਰੇ ਜਿਨ੍ਹਾਂ ਨੇ ਪੰਥ ਦੀ ਪਿੱਠ 'ਚ ਛੁਰਾ ਘੋਂਪਿਆ, ਜਿਨ੍ਹਾਂ ਨੇ ਸਾਜ਼ਿਸ਼ਾਂ ਕੀਤੀਆਂ, ਸਾਰਿਆਂ ਨੂੰ ਬਣਦੀ ਸਜ਼ਾ ਮਿਲੂਗੀ। ਸਰਕਾਰ ਵਚਨਬੱਧ ਹੈ ਸਾਹਿਬ। ਕੈਪਟਨ ਸਾਹਿਬ ਦੀ ਸਭ ਤੋਂ ਵੱਡੀ ਖੂਬੀ, ਜਦੋਂ ਪਹਿਲਾਂ 5 ਸਾਲ ਮੁੱਖ ਮੰਤਰੀ ਰਹੇ, 10 ਫਸਲਾਂ ਬਿਨਾਂ ਕਿਸੇ ਝੰਝਟ ਦੀ ਚੱਕੀਆਂ ਗਈਆਂ। ਹੁਣ 2 ਸਾਲਾਂ ਦੇ ਅੰਦਰ ਜੋ ਵੀ ਫਸਲ ਆਈ ਚੱਕੀ ਗਈ। ਆਹ ਜਿਹੜੀ ਅੱਜ ਦੇ ਦਿਨ ਸਾਡਾ ਇਲੈਕਸ਼ਨ ਲੇਟ ਕਰਵਾਇਆ ਗਿਆ ਮੋਦੀ ਸਾਹਿਬ ਵਾਲਾ, ਲਾਸਟ ਫੇਜ਼ 'ਚ ਪਾਇਆ ਗਿਆ, ਜਦੋਂ ਸਾਰੀ ਸਰਕਾਰ ਦੇ ਮੁਲਾਜ਼ਮ ਜਿਹੜੇ DC ਸਾਹਿਬਾਨ, DFSC ਜਿੰਨੇ ਵੀ ਹੈ, ਏਜੰਸੀਜ਼ ਪਰਚੇਜ ਏਜੰਸੀ ਹੈ, ਸਾਰਿਆਂ ਦੇ ਆਫਿਸਰ ਇਲੈਕਸ਼ਨ ਡਿਊਟੀਆਂ 'ਚ ਰੁੱਝੇ। ਆਹ ਮੋਦੀ ਸਾਹਿਬ ਦੀ ਜਿਹੜੀ ਸੋਚ ਹੈ ਵੀ ਪੰਜਾਬ ਸਰਕਾਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਦਨਾਮ ਕੀਤਾ ਜਾਵੇ, ਕਿਸਾਨਾਂ ਨੂੰ ਔਕੜਾਂ ਆਉਣਗੀਆਂ ਅਤੇ ਸ਼ਾਇਦ BJP ਨੂੰ ਵੋਟਾਂ ਪਾ ਜਾਣ। ਕਿਸਾਨ ਭਰਾ ਸਾਡੇ ਭੋਲੇ ਹੋ ਸਕਦੇ ਹੈ, ਗਰੀਬ ਹੋ ਸਕਦੇ ਹੈ, BJP ਦੀ ਇਸ ਚਾਲ ਨੂੰ ਚੰਗੀ ਤਰ੍ਹਾਂ ਸਮਝਦੇ ਹੈ, ਅਤੇ ਜੋ ਕੋਈ ਪਰੇਸ਼ਾਨੀ ਹੈ ਉਸ ਹੱਲ ਕਰਕੇ ਕਿਸਾਨ ਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ ਆਉਣ ਦਿੱਤੀ। ਦੇਖੋ, ਮੈਂ ਸਮਝਦਾ ਵੀ ਇਲੈਕਸ਼ਨ ਕਮਿਸ਼ਨ ਇਹਨਾਂ ਗੱਲਾਂ ਦਾ ਨੋਟਿਸ ਲਊਗਾ। ਆਪਾਂ ਇਹਨਾਂ ਆਹ ਵੀ ਗੱਲ ਲੋਕਾਂ ਦੀ ਜਿਹੜੀ ਭਾਵਨਾ, ਪਹਿਲਾਂ ਵੀ ਦੇਖੋ ਸਾਡੀ ਪੰਥ ਦੇ ਨਾਲ ਜਿਸ ਤਰ੍ਹਾਂ ਕੀਤਾ ਗਿਆ, ਹੁਣ ਇਹਨਾਂ ਨੇ ਆ ਕੇ ਜੋ ਆਹ ਕੁਛ ਕੀਤਾ, ਕੋਈ ਵੀ ਜਿਹੜਾ ਲੀਡਰ ਹੈ ਉਹਨੂੰ ਰਾਜਨੀਤੀ ਵਾਸਤੇ ਇਹਨਾਂ ਕੰਮਾਂ 'ਚ ਨਹੀਂ ਕਿਤੇ ਉਲਝਣਾ ਚਾਹੀਦਾ। ਅਤੇ ਪੰਜਾਬ ਦੇ ਲੋਕ ਬੜੇ ਭਾਵੁਕ ਹੈ, ਅੱਜ ਵੀ ਜਿਹੜੇ ਅਕਾਲੀਆਂ ਨੂੰ ਉਹਨਾਂ ਨੇ ਨਹੀਂ ਬਖਸ਼ਿਆ ਜਿਸ ਤਰ੍ਹਾਂ ਉਹਨਾਂ ਨੇ ਪੰਥ ਦਾ ਬੇਅਦਬੀ ਕੀਤੀ ਹੈ, ਅਤੇ ਆਹੀ ਮੈਨੂੰ ਲੱਗਦਾ ਵੀ ਇਹਦੇ 'ਚ ਇਲੈਕਸ਼ਨ ਕਮਿਸ਼ਨ ਗੌਰ ਕਰੂਗਾ ਇਹਨਾਂ ਜੋ ਕੁਛ। ਮੈਂ ਸਮਝਦਾ ਕਿਸੇ ਗੱਲ ਦਾ ਤਾਂ ਕੋਈ, ਤੁਸੀਂ ਸਾਰੇ ਸਵਾਲ ਜਿਹੜੇ ਮੈਨੂੰ ਪੁੱਛਦੇ ਹੋ, ਤੁਸੀਂ ਵੀ ਉਹਨਾਂ ਨੂੰ ਸਵਾਲ ਕਰਕੇ ਆਪਣੇ ਇਲਾਕੇ ਦਾ, ਪੰਜਾਬ ਦਾ, ਦੇਸ਼ ਦੇ ਕਿਸਾਨ ਦਾ ਪੁੱਛ ਲੈਣ। ਹੋ ਸਕਦਾ ਪੰਜਾਬ ਦੇ ਕਿਸਾਨੀ ਦਾ ਨਾਂ ਪਤਾ ਹੋਵੇ, ਜਿਹੜੇ ਆ ਪੰਜਾਬ ਦੇ ਕਿਸਾਨ ਨੂੰ ਅੱਜ ਮੁਸ਼ਕਲਾਂ ਆ ਰਹੀਆਂ। ਬਿਹਤਰ ਹੁੰਦਾ ਵੀ ਇਹ ਸਵਾਲ ਦਾ ਬੈਠ ਕੇ ਆਹਮਣੇ ਸਾਹਮਣੇ ਹੋ ਜਾਂਦਾ, ਕੰਮ ਕਦੋਂ ਕਰੋਗੇ? ਜਦੋਂ ਆਉਣ ਤੋਂ ਪਹਿਲਾਂ ਮੋਦੀ ਸਾਹਿਬ ਨੂੰ ਗੱਲ ਕਰਕੇ ਆਉਣੀ ਚਾਹੀਦੀ ਸੀ ਵੀ ਕਿਸਾਨ ਜਿਹੜਾ ਪੰਜਾਬ ਦਾ ਇਲੈਕਸ਼ਨ ਹੈ ਫਸਟ ਫੇਜ਼ 'ਚ ਹੋ ਜਾਵੇ, ਕੋਈ ਨਾ ਕੋਈ ਕਿਸਾਨ ਦੇ ਵਾਸਤੇ ਪਛਾਣ ਪੱਖੀ ਗੱਲ ਕਰਕੇ ਆਉਂਦੇ, ਪੰਜਾਬ ਵਾਸਤੇ ਕੋਈ ਪੈਸਿਆਂ ਦੀ ਗੱਲ ਕਰਕੇ ਆਉਂਦੇ, ਫਿਰ ਤਾਂ ਮੋਦੀ ਦੇ ਨਾਮ ਨਾਲ ਲਗਾਵ ਸਮਝ ਆਉਂਦਾ ਮੈਨੂੰ। ਪਰ ਅੱਜ ਜਿਹੜਾ ਮੋਦੀ ਸਾਹਿਬ ਦੇ ਨਾਲ ਉਹਨਾਂ ਦਾ ਲਗਾਵ ਹੈ, ਕਿਸ ਗੱਲੋਂ ਲਗਾਵ ਹੈ? ਕਰੋੜਾਂ ਜਿਹੜੇ ਨੌਜਵਾਨ ਹੈ ਮੋਦੀ ਸਾਹਿਬ ਨੇ ਬੇਰੁਜ਼ਗਾਰ ਕਰਦੇ, ਇਸ ਕਰਕੇ ਮੋਦੀ ਸਾਹਿਬ ਦੇ ਫੈਨ ਹੈ? ਇਹ ਗੱਲਾਂ ਜਦ ਤਾਈਂ ਦੱਸਣਗੇ ਨਹੀਂ, ਲੋਕਾਂ ਨੂੰ ਪਤਾ ਕੀ ਲੱਗੂਗਾ?